ਕਹੋ ਹੀਰ ਤੇ ਰਾਂਝੇ ਦਾ ਰੋਲਾ ਬਿਨਾ ਖੜੇ ਵੇ ਉਹ ਜਿਹੜੀ ਨਿਕਲ ਗਈ ਹੈ ਮਾਈ ਮੈਂ ਦੇਖਾਂ ਹਾਂ ਮੈਂ ਤੁਹਾਡੀ ਘਰ ਕੂੜੇ ਕਿਸੇ ਦਿਨ ਵੀ ਪਕਾਈ ਵਾ ਮੈਂ ਤਾਂ ਬਾਕਾਇਦਾ ਜੰਗ ਮੇਰਾ ਜਲਸਾ ਤੇ ਟਾਂਗੇ ਤੇ ਪੈ ਮੈਨੂੰ ਬਤ ਮੈਂ ਹਾਂ ਤਾਂ ਫਾਰਿਗ ਇਹ ਮਸਲੇ ਕੀਤੇ ਵਧੇ ਤਾਕੀ ਕਵੇਂ ਜਾਂ ਕੀਤਾ ਅੱਗੋਂ ਕਬਰਿਸਤਾਨ ਆ ਗਏ ਆਧੀ 'ਚ ਰੋ ਰਹਾ ਮੈਂ ਪੁੱਛੇ ਕਹਿੰਦਾ ਰਹੋਗੇ ਟਾਂਗੇ ਵਾਲਾ ਊਂ ਆਖੇ ਇਹ ਵੱਡੇ ਬਜ਼ੁਰਗ ਮੈਂ ਹੀਰ ਤੇ ਮੀਆਂ ਰਾਂਝਾ ਹੈਂ ਦੇ ਮੈਂ ਸਮਝੇ ਸ਼ਾਇਦ ਟਾਂਗੇ ਵਾਲਾ ਥਿਆਲ ਪਈ ਹਾਂ ਈ ਕੁਰਾ ਪੱਤੇ ਚਲੋ ਮੈਂ ਆਖੇ ਜਲੇ ਵੱਲ ਆਸੂੰ ਬਸ ਵਾਪਸੀ ਤੇ ਜ਼ਿਆਰਤ ਕਰੇ ਸੋ ਪਿੱਛੇ ਹੁਣ ਤਕਰੀਰ ਮੇਰੇ ਤਾਂ ਮੈਂ ਲੱਗਾ ਕਿ ਹਾਂ ਪਿੱਛੇ ਦੀਗਰ ਦੇ ਬਾਅਦ ਤਕਰੀਰ ਕਰਕੇ ਜੋ ਹੈ ਪਿੱਛੇ ਮੈਂ ਆਖੇ ਉਹ ਖੜਾ ਤੂੰ ਮੈਂ ਵਾ ਜ਼ਿਆਰਤ ਕੀਤੀਆਂ ਵਾਂ ਏਡੋ ਏਡੋ ਕਬਰਾਂ ਹਨ ਆਧੀ 'ਚ ਰੋਜ਼ਾ ਬਿਨਾਂ ਖੜੇ ਉੱਤੋਂ ਗੁੰਬਦ ਕਾਇ ਨਹੀਂ ਸੀ ਖਾਲੀ ਹੈ ਮੈਂ ਪੌੜਾਂ ਚੜ੍ਹਦਾ ਚੜ੍ਹਦਾ ਗਿਆ ਸਿਰ ਤੇ ਕਤਬਾ ਲਿਖਿਆ ਖੜਾ ਹਾ ਜੋ ਕੋ ਪੜ੍ਹੇ ਮੂੰਹ ਤੋਂ ਪਕਾਇਆ ਮਸ਼ਹੂਰ ਆਸ਼ਿਕ ਸਾਦਿਕ ਵਲੀ ਕਾਮਿਲ ਮੀਆਂ ਮੁਰਾਦ ਬਖਸ਼ ਰਾਂਝਾ ਤੁਸੀਂ ਨਾ ਬਜ਼ੁਰਗ ਦਾ ਪਕਾਈ ਮੈਂ ਇੱਜ਼ਤ ਬੀਬੀ ਹੀਰ ਰਾਂਝੇ ਦਾ ਨਾਂ ਹਾ ਮੁਰਾਦ ਬਖਸ਼ ਤੇ ਹੀਰ ਦਾ ਨਾਂ ਹਾ ਇੱਜ਼ਤ ਬੀਬੀ ਨਿਕਲ ਜੋ ਗਈ ਆਖਰ ਇੱਜ਼ਤ ਬੀਬੀ ਤਾਂ ਹੋਣੀ ਹੈ ਅੰਧੀ ਕੋ ਸ਼ਰੀਅਤ ਹੁੰਦੀ ਇਸਲਾਮ ਇਹਨੇ ਕੋ ਰਜਮ ਕਰੇਂਦਾ ਪੈਸੇ ਨਾਲ ਮਰੇਂਦਾ ਸਾਰੇ ਦੌਰ ਦੇ ਮੁਸਲਮਾਨ ਉਹਨੇ ਕੋ ਵਲੀ ਪੈਸੇ ਦੇਣ ਹੁਣ ਅੱਲਾ ਸਾਈ ਆਪ ਹਿਦਾਇਤ ਕਰੇ ਸਾਰੇ ਨਜ਼ਦੀਕ ਵਲੀ ਹੋਏ ਜਿਹਦੀ ਸੀਰਤ ਤੇ ਸੂਰਤ ਨਬੀ ਦੀ ਸ਼ਰੀਅਤ ਦੇ ਮੁਤਾਬਿਕ ਹੈ ਪਾਕ ਮੁਹੰਮਦ ਦੀ ਸ਼ਰੀਅਤ ਹੀ ਬੇਗਾਨੀ ਜ਼ਲਾਨੀ ਦਾ ਦੇਖਣ ਹਰਾਮ ਹੈ ਹਾਂ ਤੇ ਜਿਹੜਾ ਇਗਵਾ ਕਰ ਵਈਏ ਇਹ ਤਾਂ ਰਜਮ ਦੇ ਕਾਬਿਲ ਹੈ ਪੱਥਰ ਮਾਰੋ ਕੋਲੇ ਖਾਵੇ ਅੱਲਾਹ ਦੀ ਕਸਮ ਹੈ ਨਬੀ ਸੋਹਣੇ ਨੇ ਫਰਮਾਇਆ ਲੋਗੋ ਨਬੀ ਪਾਕ ਫਰਮਾਇਆ ਬੀਬੀ ਖੁਸ਼ਬੂਦਾਰ ਤੇਲ ਲਾ ਕੇ ਘਰ ਦੇ ਬਾਹਰ ਨਾ ਆਵੇ ਜਿਹੜੀ ਖੁਸ਼ਬੂ ਦੀ ਜਾਨ ਤੇ ਮੌਜੂਦ ਹੈ ਬੇਗਾਨੇ ਮਰਦ ਨਾਕੀ ਚ ਨਾ ਜਾਵੇ ਮੈਂ ਮੁਹੰਮਦ ਦੀ ਗੈਰਤ ਬਰਦਾਸ਼ਤ ਨਹੀਂ ਕਰੇਗੀ ਵਕਤ ਹੋ ਵਿਆ ਹੀ ਮੌਜੂਦ ਤੇ ਬਿਆਨ ਕਰੂੰ ਹਾਂ ਹੁਣ ਸਾਰੇ ਦੌਰ ਦੇ ਲੋਕ ਆ ਦੇਣ ਅਸਾਂ ਕੋਈ ਗੰਦੀ ਨੀਅਤ ਨਾਲ ਤਾਂ ਪਰਾਈ ਔਰਤ ਕੋ ਨਹੀਂ ਡਿੱਠਾ ਮੈਂ ਵੱਡਾ ਮੌਲਵੀ ਤੇ ਨਵੀਂ ਨੀਅਤ ਦੇ ਮਸਲੇ ਮੈਂ ਕੋ ਨਹੀਂ ਆਉਂਦੇ ਮੈਂ ਤਾਂ ਸਾਫ਼ ਕੁਰਾਨ ਹਦੀਸ ਦੇ ਮਸਲੇ ਬਿਆਨ ਕਰੇ ਨਾ ਅੱਲਾਹ ਕੁਰਾਨ ਵਿੱਚ ਫਰਮਾਏ ਮੇਰਾ ਪਾਕ ਪੈਗੰਬਰ ਆਪਣੇ ਘਰ ਵਾਲਿਆਂ ਕੋ ਫਰਮਾ ਦਿਓ ਆਪਣੇ ਧੀਆਂ ਕੋ ਫਰਮਾ ਦਿਓ ਮੋਮਨੀਨ ਤੇ ਔਰਤਾਂ ਕੋ ਫਰਮਾ ਦਿਓ ਘਰ ਦੇ ਬਾਹਰ ਆਵੇ ਪਰਦੇ ਲਾਲ ਆਵੇ ਚਾਦਰ ਦਾ ਘੁੰਗਟ ਬਣਾ ਕੇ ਆਵੇ ਪਾਕ ਪੈਗੰਬਰ ਦੀ ਸ਼ਰੀਅਤ ਹੀ ਜਾਇਆ ਅੱਲਾਹ ਨੇ ਕੁਰਾਨ ਹੀ ਦਸਾਇਆ ਬੀਬੀ ਵਾਸਤੇ ਪਰਦਾ ਫੜ ਦੇ ਅੱਲਾਹ ਪਾਕ ਨੇ ਫਰਮਾਇਆ ਵਲਾ ਜੁਬਦੀ ਨਾ ਸੀਨਾ ਤੇ ਹੁਣ ਆਪਣੀ ਸੀਨਾ ਬੇਗਾਨੇ ਮਰ ਦੇ ਸਾਹਮਣੇ ਜ਼ਾਹਿਰ ਨਾ ਕਰਨ ਵਲਾ ਯਦਰ ਆਪਣਾ ਬਿਆਰ ਜੋ ਰਹਿਣਾ ਘਰ ਦੇ ਬਾਹਰ ਆਵੇ ਐਸਾ ਐਸਾ ਆਵੇ ਇਹਨਾਂ ਦੇ ਕਦਮੇ ਵਾਲੇ ਦੇਵਰੇ ਦੀ ਆਵਾਜ਼ ਪੈਰਾਂ ਦੀ ਆੜ ਤੇ ਖਿਸਕਾਰ ਬੇਗਾਨੇ ਮਰ ਦੇ ਕੰਨ ਵਿੱਚ ਨਾ ਜਾਵੇ ਇਹ ਕੁਰਾਨ ਹੀ ਵੇ ਅੱਲਾਹ ਬੀਬੀ ਦੀ ਰਫ਼ਤਾਰ ਤੇ ਕੰਟਰੋਲ ਪਿਆ ਕਰੇਂਦੇ ਆਹਿਸਤਾ ਆਹਿਸਤਾ ਜਾਵੇ ਨਬੀ ਸੋਹਣੇ ਫਰਮਾਏ ਮਰਦ ਗੱਲੀ ਦੀ ਆਧੀ ਚੱਲਣ ਬੀਬਾਂ ਦੀਵਾਰ ਨਾਲ ਖਿਸਕ ਜਾਵੇ ਨਬੀ ਦੀ ਸ਼ਰੀਅਤ ਦਾ ਫੈਸਲਾ ਤੂੰ ਅੱਧ ਨੀਅਤ ਦੀ ਅਸੀਂ ਤੋਂ ਵੀ ਸਾਹਿਬ ਅਸਾਂ ਕੋਈ ਬੁਰੀ ਨੀਅਤ ਨਾਲ ਤਾਂ ਪਰਾਈ ਦਲਾਨੀ ਕੋ ਨਹੀਂ ਡਿੱਠਾ ਨਾ ਅੱਛਾ ਨੇਕ ਨੀਤੀ ਨਾਲ ਬੰਦਾ ਪਿਸ਼ਾਬ ਦਾ ਘੁਰਚਾ ਭਰੇ ਜਾਏਗੇ ਨੇਕ ਨੀਤੀ ਨਾਲ ਬੰਦਾ ਉੱਠਦਾ ਰੇਗੜਾਂ ਖਾ ਵਈਏ ਬੱਕਰੀ ਜਾਂ ਫੀਂਗੜਾਂ ਨਿਕਲ ਵਈਏ ਦਰੁਸਤ ਅੱਲਾ ਦੇ ਬੰਦੇ ਜਿਹੜੀ ਸ਼ਾਇ ਹਰਾਮ ਹੈ ਹਰਾਮ ਹੈ ਨੀਅਤ ਦਾ ਸਵਾਲ ਪੈਦਾ ਨਹੀਂ ਥੀਂਦਾ ਜਿਹੜੀ ਨੀਅਤ ਨਾਲ ਪਿਸ਼ਾਬ ਪੀਵੇ ਹਰਾਮ ਹੈ ਤੁਸਾਂ ਕਿਉਂ ਛਕੜੇ ਹੋਏ ਖਬਰ ਹੈ ਨੌ ਮਹੀਨੇ ਮਾਂ ਦੇ ਪੇਟ ਹੀ ਛਤੂਂਗੜੇ ਕਿਵੇਂ ਖੜੇ ਰਹੇ ਕਮਾਲ ਕੀਤੀ ਨੇ ਬੀਬੀਆਂ ਜੋ ਇਹ ਜਿਹੜੇ ਸ਼ੈਤਾਨ ਕੋ ਚਾਹੀ ਵਜਾ ਰਹੇ ਤੂੰ ਕੋਈ ਚੱਕ ਚੂੰਝਾ ਮਰੇ ਨਾ ਦਰਿਆ ਹੋ ਸੀ ਆਖਿਰ ਆਰਾਮ ਹੀ ਗੁਆਂਦੇ ਆਰਾਮ ਤਾਂ ਨਹੀਂ ਕਰਨਾ ਬਿਸਮਿਲਾ ਤੁਸਾਂ ਨਹੀਂ ਫਿਰ ਪੜਦੇ ਪਿੱਛੇ ਬਾਲ ਜੇ ਸ਼ਤ ਈ ਮਸੇ ਦਾ ਤਾਂ ਪਤਾ ਤਾਂ ਔਕਾ ਹੀ ਨਹੀਂ ਦੀਨ ਕਰੇ ਮੁਸਲਮਾਨ ਤਾਂ ਕੱਟ ਗਏ
اگر مسلمان کو دین دے مسئلے آمین ہاں تے بی بیاں ناخن پالش لئی بیٹھے رامین ہاں نہ وضو تھی نے نہ نماز تھی نے ناخن پالش دا لامنا حرام ہے سارے آنکھو چاہنے زور نال جنا ہولے ہولے اکسی اندی سال لائی بیٹھی ہوتی زور نال ناخن پالش دا لامنا بی بیاں سرخ میندی لگا میں خبر پتہ نہیں کیا بینیا کریں جن امیں بھولنیا لکار نو مینیا بچیں جن یہ باندھر دے نو ہوں خبریں بھولنیا ہیں بندے ہیں سارے لوگ انسانیت کو ہر دے بے دن روٹی کھڑیں تیرے کھان دے کھڑیں ڈنگر ڈھورا لکار ڈنگر ڈھوری کھر کے چڑھ دیں بائے کے کھان دیں ڈنگر ہے ان سے انسان نہیں ہے ڈنگر تھی ڈنگر علی کار کھر کے کھانا بلکہ میں کنے اگر پوچھ دے ہوتے ڈنگریں کنے بھی ختم تھی گئے گھر بڑے کنے کمزور تھی گئے یہ بھیڑا بکریاں توالے شہر جہاں جھک کے پیشاب کریں دن پلیت کتی جھک کے پیشاب کریں گے کتا ٹنگ چاہ کے پیشاب کریں گے پیشاب جہاں چھینٹا مری جانتے نامن ہائی تعلیم والا پترون پوش اپنا کانٹا کھلیں دا کھڑے تلے کھڑا ہاتھ دیکھو ترقی بچے سے ہی تعلیم حاصل کر گئے قسمت قوم شدید ان کا نہیں تو سب سوچا ہی وے جو کھڑے تلے پیشاب جو کھڑا کریں دے تھے ہوا کھڑی کھل دیو پترون تے ترکا کھڑی تھی تھی تعلیم لوگ کے اس لیے کو دیکھنے ہوں ایک کو قریب توڑا پیا تھی نے بچو بدبو ہے ساری قسمت قوم شدید ختم تھی آئے مسلمانوں ہوں جان بڑے کرے بھی گئے گزرے تھے کئی شور کا انہی نشے چل سام بھنگوں وہ ایک بندے گال سنائی کافی سال تھے اگر ملنگ جو بھنگ بہن ساری پیتی ہے تو انہوں کو پیشاب دا زورت پائے بے لے تو آپ پتہ ہے تو بھنی میں کو پتہ ہے انگال دا لے 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 آندے میں دیکھ رہا بھنگ جو زیادی پیتی ہے تو تھے زور تو گئے پیشاب کرنے پیشاب نکل دا میں نہا پی دورے دیج پیشاب کیتے سے پھینگا جو ابھرین تو این مون تے ہاتھ بیٹھ رہا واہ واہ مولا تلا کرم نہ کوئی جھڑ نہ کوئی بدل جلے رحمت چاک کوئی سوچ کئی سمجھ نہیں ایس والے حادین تے رحمہ رہن تے مولائی تھی گئن شراخ تو آکو کئی نہیں اے والے دین دے ٹھیک دارن وجہ کر دماغی توادن زیادہ خراب تھی ونیے تے بندہ کپڑے لہا سٹے تے آدن اے پہنچا ہویا بندے کپڑے نہیں سنبھلدا پیشاب پخانا بیچ اے سے مجروب اے پہنچا ہویا بندے